ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਖੇਤੀਬਾੜੀ ਵਿਭਾਗ ਨੇ ਰੁੜਕਾ ਕਲਾਂ ਵਿਖੇ ਮੱਕੀ ਖੇਤ ਦਿਵਸ ਮਨਾਇਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਜ਼ਿਲ੍ਹਾ ਜਲੰਧਰ ਵੱਲੋਂ ਬਲਾਕ ਰੁੜਕਾ ਕਲਾਂ ਅਤੇ ਬਲਾਕ ਫਲੋਰ ਦਾ ਸਾਂਝਾ ਮੱਕੀ ਖੇਤ ਦਿਵਸ ਬਲਜਿੰਦਰ ਸਿੰਘ ਬਿੰਦ ਰੁੜਕਾ ਕਲਾਂ ਦੇ ਖੇਤ ਵਿੱਚ ਮਨਾਇਆ ਗਿਆ। ਇਸ ਖੇਤ ਦਿਵਸ 'ਚ ਰੁੜਕਾ ਕਲਾਂ ਅਤੇ ਨਾਲ ਲੱਗਦੇ ਪਿੰਡ ਦੇ ਮੱਕੀ ਬੀਜਣ ਵਾਲੇ ਕਿਸਾਨਾਂ ਨੇ ਹਿੱਸਾ ਲਿਆ। ਜ਼ਿਲ੍ਹੇ ਲੈਵਲ ਤੋਂ ਖੇਤੀਬਾੜੀ ਵਿਭਾਗ ਦੀ ਮਾਹਿਰਾਂ ਦੀ ਇੱਕ ਟੀਮ ਨੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ। ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਨੇ ਕਿਸਾਨਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਪਾਣੀ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਇਸ ਵਾਰ ਸੋਹਣੀ 2019 ਦੌਰਾਨ ਝੋਨੇ ਹੇਠ ਰਕਬਾ ਕੱਢ ਕੇ ਮੱਕੀ ਦੀ ਫਸਲ ਹੇਠ 760 ਹੈਕਟਰ ਰਕਬਾ ਲਿਆਂਦਾ ਗਿਆ, ਜਿਹੜਾ ਬਲਾਕ ਦੇ ਸੂਝਬੂਝ ਕਿਸਾਨਾਂ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ। ਪਰ ਅਫਸੋਸ, ਬਲਾਕ ਵਿੱਚ ਸੂਰਾਂ ਦੀ ਵੱਡੀ ਸਮੱਸਿਆ ਹੋਣ ਕਾਰਨ ਕਿਸਾਨ ਮੱਕੀ ਪਸ਼ੂਆਂ ਨੂੰ ਚਾਰਨ ਲਈ ਮਜਬੂਰ ਹਨ। ਇਹ ਸਮੱਸਿਆ ਦੇ ਹੱਲ ਲਈ ਬਹੁਤ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ਮੌਕੇ ਡਾਕਟਰ ਬਲਕਾਰ ਚੰਦ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਮੱਕੀ ਦੀ ਫਸਲ ਨੂੰ ਇਸ ਵੇਲੇ ਲੱਗਣ ਵਾਲੇ ਕੀੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਤਕਨੀਕੀ ਗਿਆਨ ਦਿੱਤਾ ਗਿਆ। ਡਾਕਟਰ ਕਰਨ ਸਿੰਘ, ਖੇਤੀਬਾੜੀ ਅਫਸਰ ਵੱਲੋਂ ਬਾਸਮਤੀ ਦੇ ਕੀੜੇ ਅਤੇ ਬਿਮਾਰੀਆਂ ਸੰਬੰਧੀ ਕੀਟਨਾਸ਼ਕ ਜ਼ਹਿਰਾਂ ਦਾ ਘੱਟ ਤੋਂ ਘੱਟ ਵਰਤੋਂ ਕਰਨ ਦੇ ਨਾਲ ਨਾਲ ਹੋਰ ਢੰਗ ਤਰੀਕੇ ਵੀ ਦੱਸੇ ਗਏ। ਡਾਕਟਰ ਬਲਜਿੰਦਰ ਸਿੰਘ ਭੁੱਲਰ, ਖੇਤੀਬਾੜੀ ਅਫਸਰ ਵੱਲੋਂ ਮੱਕੀ ਦੇ ਸੁਚੱਜੇ ਮੰਡੀਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਮੰਡੀ ਵਿੱਚ ਆੜ੍ਹਤੀਆਂ ਨੂੰ ਦਿੱਤੇ ਜਾਣ ਵਾਲੇ ਖਰਚਿਆਂ ਸੰਬੰਧੀ ਵੀ ਦੱਸਿਆ। ਫੀਲਡ ਡੇ ਦੇ ਅਖੀਰ 'ਚ ਪਿੰਡ ਦੇ ਅਗਾਂਹ ਵਾਧੂ ਕਿਸਾਨ ਜਸਵਿੰਦਰ ਸਿੰਘ, ਮਨਜੀਤ ਸਿੰਘ, ਸਰਬਜੀਤ ਕੌਰ ਜੋਤੀ ਸਮੇਤ ਹੋਰ ਵੀ ਕਿਸਾਨਾਂ ਨੇ ਹਿੱਸਾ ਲਿਆ ਅਤੇ ਅਖੀਰ ਵਿੱਚ ਪਿੰਡ ਮੱਕੀ ਬੀਜਣ ਵਾਲੇ ਕਿਸਾਨ ਬਲਵਿੰਦਰ ਸਿੰਘ ਰੁੜਕਾ ਕਲਾਂ ਨੇ ਆਏ ਹੋਏ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਮੈਂ ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ, ਜ਼ਿਲ੍ਹਾ ਜਲੰਧਰ ਤੋਂ। ਦੋਸਤੋ, ਮੱਕੀ ਦੀ ਫਸਲ ਨੂੰ ਬੜਾਵਾ ਦੇਣ ਦੇ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਪਿਛਲੇ 6 ਮਹੀਨਿਆਂ ਤੋਂ ਇੱਕ ਮੁਹਿੰਮ ਵਿੱਢੀ ਹੋਈ ਹੈ, CDP, ਜਿਸ ਦਾ ਨਾਮ ਹੈ ਕਰੋਪ ਡਾਈਵਰਸੀਫਿਕੇਸ਼ਨ ਪ੍ਰੋਗਰਾਮ। ਪਹਿਲਾਂ ਉਹ ਇਸ ਸਕੀਮ ਦੇ ਤਹਿਤ, ਇਸ ਪ੍ਰੋਗਰਾਮ ਦੇ ਤਹਿਤ ਕਿਸਾਨ ਵੀਰਾਂ ਨੂੰ ਮੱਕੀ ਦਾ ਬੀਜ ਸਬਸਿਡੀ ਦੇ ਉੱਤੇ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਮੱਕੀ ਦੀ ਫਸਲ ਜਿਹੜੀ ਖੜ੍ਹੀ ਹੈ, ਇਸ ਵੇਲੇ ਵਾਢੀ ਦੇ ਨੇੜੇ ਹੈ, ਉਹਦੇ ਉੱਤੇ ਖੇਤ ਦਿਵਸ ਮਨਾ ਕੇ ਕਿਸਾਨ ਵੀਰਾਂ ਨੂੰ ਇਕੱਠੇ ਕਰਕੇ ਮੱਕੀ ਦੀ ਫਸਲ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਫਸਲੀ ਵਿਭਿੰਨਤਾ ਦੇ ਵਿੱਚ ਝੋਨੇ ਦੀ ਥਾਂ 'ਤੇ ਮੱਕੀ ਕਾਫੀ ਵਧੀਆ ਫਿੱਟ ਬੈਠਦੀ ਹੈ ਅਤੇ ਕਿਸਾਨ ਵੀਰ ਤਾਂ ਕਿ ਇਹਦਾ ਅੱਖੀਂ ਦੇਖ ਲੈਣ, ਇਸ ਲਈ ਅਸੀਂ ਖੇਤਾਂ ਦੇ ਵਿੱਚ ਜਾ ਕੇ ਮੱਕੀ ਦੇ ਕੋਲੇ ਹੀ ਕਿਸਾਨ ਵੀਰਾਂ ਨੂੰ ਦਿਖਾ ਕੇ ਉੱਥੇ ਖੇਤ ਦਿਵਸ ਮਨਾ ਰਹੇ ਹਾਂ, ਜਿਹਦੀ ਲੜੀ ਦੇ ਵਿੱਚ ਅੱਜ ਅਸੀਂ ਰੁੜਕਾ ਕਲਾਂ ਦੇ ਵਿੱਚ ਫਲੋਰ ਦੇ ਨਾਲ ਸਾਂਝਾ ਇੱਕ ਪ੍ਰੋਗਰਾਮ ਉਲੀਕਿਆ। ਫਲੋਰ ਅਤੇ ਰੁੜਕਾ ਦੇ ਕਿਸਾਨ ਵੀਰਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਮੱਕੀ ਦੀ ਫਸਲ ਦਿਖਾਈ, ਮੱਕੀ ਦੀ ਫਸਲ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਹੋਣ ਵਾਲੀ ਕਣਕ ਤੋਂ ਬਾਅਦ ਝੋਨਾ ਬੀਜਾਂਗੇ ਉਦੋਂ ਕੁਝ ਨਾ ਕੁਝ ਰਕਬਾ ਝੋਨੇ ਹੇਠੋਂ ਕੱਢ ਕੇ ਮੱਕੀ ਹੇਠ ਜ਼ਰੂਰ ਲਿਆਂਦਾ ਜਾਵੇ। ਇਸ ਨੂੰ ਪ੍ਰਮੋਟ ਕਰਨ ਲਈ, ਮੱਕੀ ਨੂੰ ਪ੍ਰਮੋਟ ਕਰਨ ਲਈ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਖੇਤੀਬਾੜੀ ਵਿਭਾਗ ਚਲਾ ਰਿਹਾ। ਸੋ ਲੋੜ ਹੈ ਕਿਸਾਨ ਵੀਰੋ, ਸਾਨੂੰ ਪਾਣੀ ਦੀ ਬੱਚਤ ਕਰਨ ਦੀ ਅਤੇ ਸਾਨੂੰ ਫਸਲੀ ਵਿਭਿੰਨਤਾ ਲਿਆਉਣ ਦੀ, ਤਾਂ ਕਿ ਸਾਡਾ ਪੰਜਾਬ ਆ ਜਿਹੜਾ ਉਹ ਤੰਦਰੁਸਤ ਪੰਜਾਬ ਹੋ ਸਕੇ।